ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਜਲੰਧਰ। ਦੋਸਤੋ, ਦੱਸਣਾ ਚਾਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੇ ਹੈ ਔਰ ਉੱਥੇ ਉਹਨਾਂ ਨੇ ਮੱਥਾ ਟੇਕਿਆ ਔਰ ਉਸ ਤੋਂ ਬਾਅਦ ਕੀ ਪ੍ਰੋਗਰਾਮ ਹੈ ਜ਼ਿਮਨੀ ਚੋਣਾਂ ਨੂੰ ਲੈ ਕੇ, ਕਿੱਥੇ ਮਤਲਬ ਰੋਡ ਮਾਰਚ ਕੱਢਣਾ ਸੀ, ਪੂਰੀ ਜਾਣਕਾਰੀ ਦੇਣ ਵਾਸਤੇ ਜਲੰਧਰ ਤੋਂ ਨਰਿੰਦਰ ਗੁਪਤਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਗੁਪਤਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਹਾਂਜੀ ਸੋਤਾ ਜੀ, ਇਸ ਟਾਈਮ ਪੰਜਾਬ ਦੇ ਚਾਰ ਜਿਹੜੀਆਂ ਜ਼ਿਲ੍ਹੇ ਚੋਣਾਂ ਜਿਹੜੀਆਂ ਚੱਲ ਰਹੀਆਂ, ਜਿਸ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਵਾ ਔਰ ਹਰ ਦਿਨ ਜਿਹੜਾ ਵਾ ਨਵੇਂ ਤੋਂ ਨਵਾਂ ਜਿਹੜਾ ਦਿਨ ਚੜਦਾ ਵਾ, ਚੋਣਾਂ ਦਾ ਜਿਹੜਾ ਸਰਗਰਮੀਆਂ ਵਧਦੀਆਂ ਜਾ ਰਹੀਆਂ ਹੈਗੀਆਂ ਵਾ। 21 ਤਰੀਕ ਨੂੰ ਜਿਹੜੀ ਆ ਵੋਟਿੰਗ ਹੋਣੀ ਆ, ਉਸ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲੰਧਰ ਦੇ ਵਿੱਚ ਆਏ ਔਰ ਬੱਲਾ ਜਿਹੜਾ ਸੱਚਖੰਡ ਡੇਰਾ ਬੱਲਾ ਹੈਗਾ ਵਾ, ਉੱਥੇ ਉਹਨਾਂ ਨੇ ਮੱਥਾ ਟੇਕਿਆ ਔਰ ਬਾਬਾ ਜੀ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਉਹ ਆਪਣਾ ਫਗਵਾੜਾ ਲਈ ਰਵਾਨਾ ਹੋ ਗਏ, ਜਿੱਥੇ ਅੱਜ ਉਹਨਾਂ ਦਾ ਰੋਡ ਸ਼ੋ ਜਿਹੜਾ ਚੱਲ ਰਿਹਾ ਹੈਗਾ ਵਾ ਔਰ ਉਸ ਰੋਡ ਜਿਹੜਾ ਰੋਡ ਸ਼ੋ ਆ, ਰੋਡ ਸ਼ੋ ਦੇ ਵਿੱਚ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਤੁਹਾਡੇ ਜਿਹੜੇ ਕਾਂਗਰਸ ਦੇ ਉਮੀਦਵਾਰ ਆ ਬਲਵਿੰਦਰ ਸਿੰਘ ਧਾਲੀਵਾਲ ਵੀ ਉਹਨਾਂ ਦੇ ਨਾਲ ਬੱਸ ਦੇ ਵਿੱਚ ਮੌਜੂਦ ਹੈਗੇ ਨੇ ਔਰ ਕਾਫੀ ਜਿਹੜੀ ਹੈ ਲੋਕਾਂ ਦੀ ਉੱਥੇ ਦੇਖਣ ਨੂੰ ਮਿਲੀ ਹੈਗੀ ਆ ਔਰ ਸਕਿਉਰਿਟੀ ਦਾ ਜਿਹੜਾ ਪੁਖਤਾ ਪ੍ਰਬੰਧ ਕੀਤਾ ਗਿਆ ਹੈਗਾ ਵਾ। ਸਭ ਤੋਂ ਵੱਡੀ ਗੱਲ ਮੈਂ ਦੱਸਾਂਗਾ ਕਿ ਜਿਸ ਟਾਈਮ ਦਾਖਾ ਦੇ ਵਿੱਚ ਕੈਪਟਨ ਸਾਹਿਬ ਰੋਡ ਸ਼ੋਅ ਕਰ ਰਹੇ ਸੀ ਤੇ ਉਹਨਾਂ ਦੇ ਉੱਥੇ ਇੱਕ ਸੀ ਝੰਡੀਆਂ ਦੇ ਨਾਲ ਲੱਗ ਕੇ, ਝਾੜੀਆਂ ਦੇ ਨਾਲ ਲੱਗ ਕੇ ਔਰ ਉਸ ਨੂੰ ਲੈ ਕੇ ਜੰਗਲਾਤ ਵਿਭਾਗ ਜਿਹੜਾ ਵਾ ਇੰਨਾ ਸਖ਼ਤ ਹੋ ਗਿਆ ਸੀ ਕਿ ਉਹਨਾਂ ਨੇ ਕੈਪਟਨ ਸਾਹਿਬ ਦੇ ਆਉਣ ਤੋਂ ਪਹਿਲੇ ਰੋਡ ਦੇ ਵਿੱਚ ਜਿੰਨੀਆਂ ਵੀ ਝਾੜੀਆਂ ਰਹੀਆਂ ਸੀ ਉਹ ਸਾਰੀਆਂ ਜਿਹੜੀਆਂ ਵਾ ਉਤਾਰ ਦਿੱਤੀਆਂ ਗਈਆਂ ਸੀ ਤਾਂ ਜੋ ਇਸ ਵਾਰ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਹਾਦਸਾ ਨਾ ਹੋ ਸਕੇ ਔਰ ਕੈਪਟਨ ਸਰਕਾਰ ਨੇ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਸੀ ਕਿ ਜਿੰਨੀਆਂ ਵੀ ਰੋਡ ਦੇ ਉੱਤੇ ਇਸ ਤਰ੍ਹਾਂ ਦੀਆਂ ਦਰਖਤ ਹੈਗੇ ਨੇ, ਝਾੜੀਆਂ ਹੈਗੀਆਂ, ਉਹਨਾਂ ਨੂੰ ਜਿਹੜਾ ਵਾ ਲਾਹ ਦਿੱਤਾ ਜਾਵੇ ਔਰ ਇਹ ਕੋਈ ਇਹ ਜਿਹੜਾ ਹਾਦਸਾ ਕੈਪਟਨ ਸਾਹਿਬ ਨਾਲ ਹੋਇਆ ਵਾ ਤੇ ਇੰਨੀ ਸਖਤੀ ਵਰਤੀ ਗਈ ਆ, ਜਦਕਿ ਇਹ ਤੇ ਅੱਜ ਤੋਂ 23 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਹਾਦਸੇ ਹੋਏ ਨੇ, ਕਈ ਲੋਕ ਮਰੇ ਵੀ ਹੈਗੇ ਨੇ, ਕਈਆਂ ਦੇ ਨਾਲ ਇਸ ਤਰ੍ਹਾਂ ਦੇ ਵੱਡੇ ਵੱਡੇ ਹਾਦਸੇ ਹੋਏ ਨੇ, ਪਰ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਹਾਦਸਾ ਹੋਇਆ ਤੇ ਉਸ ਤੋਂ ਬਾਅਦ ਨੂੰ ਲੈ ਕੇ ਜੰਗਲਾਤ ਵਿਭਾਗ ਜਿਹੜਾ ਹੈਗਾ ਵਾ ਕਾਫੀ ਸਤਰਕ ਹੋ ਗਿਆ ਤੇ ਉਹਨਾਂ ਨੇ ਆਪਣੇ ਪੱਬਾਂ ਭਾਰਾਂ ਦੀ ਪੈ ਗਈ। ਉਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਚਲਾ ਦਿੱਤੀ ਕਿ ਰੋਡ ਦੇ ਉੱਤੇ ਜਿੰਨੀਆਂ ਵੀ ਝਾੜੀਆਂ ਵਾ ਸਾਰਿਆਂ ਨੂੰ ਜਿਹੜਾ ਵਾ ਹਟਾਇਆ ਗਿਆ ਹੈਗਾ ਵਾ ਔਰ ਇੱਥੋਂ ਤੱਕ ਕਿ ਜਿੰਨੇ ਵੀ ਪਾਰਟੀ ਦੇ ਝੰਡੀਆਂ ਲੱਗੀਆਂ ਸੀ, ਚਾਹੇ ਉਹ ਕਾਂਗਰਸ ਸੀ ਚਾਹੇ ਬੀਜੇਪੀ ਸੀ, ਸਾਰੇ ਝੰਡੀਆਂ ਜਿਹੜੀਆਂ ਉੱਥੋਂ ਉਤਾਰ ਦਿੱਤੀਆਂ ਗਈਆਂ ਵਾ। ਜੀ, ਵੱਡੀ ਗੱਲ ਇਹ ਹੈ ਕਿ ਕਿਸ ਤਰ੍ਹਾਂ ਲੱਗ ਰਿਹਾ ਲੋਕਾਂ ਦੇ ਇਕੱਠ ਤੋਂ ਲੈ ਕੇ, ਮਤਲਬ ਕੀ ਲੱਗ ਰਿਹਾ ਜਿਮਨੀ ਚੋਣਾਂ ਦਾ, ਕੀ ਤੁਹਾਡੇ ਮੁਤਾਬਕ ਕੀ ਤੁਸੀਂ ਇਹਦਾ ਨਿਚੋੜ ਕੱਢਿਆ? ਹਾਂ ਦੇਖੋ ਸੋਤਾ ਜੀ, ਕੱਲ੍ਹ ਜਿੱਦਾਂ ਦੇਖਦੇ ਕਿ ਭਾਜਪਾ ਵੱਲੋਂ ਸੰਨੀ ਦਿਓਲ ਜਿਹੜੇ ਨੇ ਫਿਲਮ ਸਟਾਰ ਔਰ ਜਿਹੜੇ ਸਾਂਸਦ ਨੇ ਉਹ ਵੀ ਆਏ ਸੀ, ਉਸ ਨੂੰ ਵੀ ਲੈ ਕੇ ਅਗਰ ਆਪਾਂ ਦੇਖੀਏ ਤੇ ਕਾਫੀ ਲੋਕਾਂ ਵਿੱਚ ਕਰੇ ਸੀ, ਕਾਫੀ ਭੀੜ ਸੀ ਔਰ ਮੈਂ ਇੱਥੋਂ ਤੱਕ ਕਹਿ ਸਕਦਾ ਕਿ ਅਗਰ ਆਪਾਂ ਦੇਖੀਏ ਕਿ ਸੰਨੀ ਦਿਓਲ ਨੂੰ ਇੱਕ ਐਹੋ ਜਿਹੇ ਫਿਲਮ ਸਟਾਰ ਦੇ ਰੂਪ ਦੇ ਵਿੱਚ ਉੱਥੇ ਲੋਕ ਦੇਖਣ ਨੂੰ ਆਏ ਸੀ ਔਰ ਅੱਜ ਜਿਹੜੇ ਉਹ ਵੀ ਉੱਥੇ ਆਏ ਦੇ ਨੇ, ਉਹਨਾਂ ਦਾ ਵੀ ਰੋਡ ਸ਼ੋਅ ਚੱਲ ਰਿਹਾ ਹੈਗਾ ਵਾ ਔਰ ਜਿਹੜੀ ਲੋਕ ਹੈ ਓਨੀ ਜਿਹੜੀ ਹੈ ਤਾਦਾਦ ਦੇ ਵਿੱਚ ਇਸ ਟਾਈਮ ਉੱਥੇ ਵੀ ਮੌਜੂਦ ਹੈਗੇ ਨੇ। ਪਰ ਮੈਂ ਸਰ ਇੱਥੇ ਇੱਕ ਇਹ ਗੱਲ ਤੁਹਾਨੂੰ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਲੋਕ ਜਿਹੜੇ ਨੇ ਇਸ ਟਾਈਮ ਕਾਫੀ ਸਤਰਕ ਹੈਗੇ ਨੇ, ਲੋਕਾਂ ਦੇ ਜਿਹੜੇ ਨੇ ਵਿਊ ਇਹੀ, ਪੰਜਾਬ ਸਰਕਾਰ ਨੇ 23 ਸਾਲਾਂ ਦੇ ਵਿੱਚ ਕੁਛ ਨਹੀਂ ਕੀਤਾ, ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ, ਕੋਈ ਸੜਕਾਂ ਦਾ ਵਿਕਾਸ ਦਾ ਕੰਮ ਨਹੀਂ ਕੀਤਾ, ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਹੈਗਾ ਵਾ ਔਰ ਇਹ ਦੇਖਣ ਨੂੰ ਲੱਗ ਰਿਹਾ ਕਿ ਸ਼ਾਇਦ ਅਗਰ ਇਸ ਡੇਰਾ ਸੱਚਖੰਡ ਬੱਲਾਂ ਅੱਜ ਮੱਥਾ ਟੇਕਿਆ ਉਹਨਾਂ ਨੇ, ਬਾਬਾ ਜੀ ਦਾ ਆਸ਼ੀਰਵਾਦ ਲਿਆ ਔਰ ਉਸ ਤੋਂ ਬਾਅਦ ਫਗਵਾੜੇ ਦੀ ਰੈਲੀ ਵਾਸਤੇ ਨਿਕਲ ਗਏ ਨੇ। ਜ਼ਿਮਨੀ ਚੋਣਾਂ ਪੰਜਾਬ ਦੇ ਕੁਛ ਇੱਕ ਹਿੱਸਿਆਂ ਵਿੱਚ ਹੋ ਰਹੀਆਂ ਨੇ ਔਰ ਚੋਣਾਂ 'ਤੇ ਪੂਰੀ ਨਜ਼ਰ ਹੈ ਜੀ, ਜੋ ਇਸ ਦੀ ਅਪਡੇਟ ਹੋਏਗੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਉਦੋਂ ਤੱਕ ਤੁਸੀਂ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ।